ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋਂ ਫਾਰਮ ਹਾਊਸ। ਹੋਪ ਸੋ ਸਾਰੇ ਵਿਊਅਰਸ ਬਹੁਤ ਵਧੀਆ ਹੋਣਗੇ। ਲਓ ਜੀ, ਸਵੇਰੇ ਸਵੇਰੇ ਮੈਂ ਲੱਗ ਗਈ ਅੱਜ ਚੁੱਲ੍ਹੇ ਨੂੰ ਪੋਚਾ ਲਾਉਣ। ਚੁੱਲ੍ਹਾ ਕਾਫੀ ਗੰਦਾ ਪਿਆ ਸੀਗਾ ਕਿਉਂਕਿ ਮੀਂਹ ਕਣੀ ਪਿਆ ਗਿਆ ਸੀ, ਤਾਂ ਕਰਕੇ ਅੱਜ ਫਿਰ ਮੈਂ ਸੋਚਿਆ ਵੀ ਇੱਥੇ ਲਾ ਦਿੰਦੀ ਹਾਂ ਪੋਚਾ। ਪੋਚਾ ਤਾਂ ਵੈਸੇ ਮੈਂ ਸਾਰਾ ਲਾ ਤਾ, ਫਿਰ ਮੈਂ ਭੁੱਲ ਗਈ ਸੀਗੀ ਵੀਡੀਓ ਬਣਾਉਣੀ, ਸਵੇਰ ਦੇ ਕੰਮ ਕਾਰ 'ਚ ਜ਼ਿਆਦਾ ਬਿਜ਼ੀ ਹੋਈ ਪਈ ਹਾਂ ਮੈਂ। ਬਾਕੀ ਆਪਣੇ ਉੱਧਰ ਲੱਗ ਚੱਲ ਰਹੀ ਆ ਮਸ਼ੀਨ, ਪੋਚਾ ਤਾਂ ਮੇਰਾ ਆਲਮੋਸਟ ਡਨ ਹੈ। ਪਹਿਲਾਂ ਮੈਂ ਗਾਣਾ ਜਿਹਾ ਲਾਤਾ ਸੀਗਾ ਕਿਉਂਕਿ ਚੂਹਿਆਂ ਇਹਨੇ ਖਾਸਾ ਕੰਮ ਖਰਾਬ ਕਰਿਆ ਪਿਆ ਸੀਗਾ। ਫਿਰ ਟੈਂਟੀਆਂ ਸੀਗੀਆਂ ਪਹਿਲਾਂ, ਉੱਥੇ ਮਿੱਟੀ ਭਰੀ ਸੀ, ਹੁਣ ਬਸ ਉੱਤੇ ਮੈਂ ਚੂਹਿਆਂ ਦਾ ਫੇਰ ਰਹੀ ਹਾਂ ਅਤੇ ਲਿਆਉਂਦੇ ਵੀ ਤਾਂ ਕਰਕੇ ਬਾਕੀ ਦੇਖਦੇ ਹਾਂ। ਸੋ ਵੀਡੀਓ ਨੂੰ ਐਂਡ ਕਰਦੇ ਜ਼ਰੂਰ ਦੇਖਿਓ, ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਤਾਂ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ, ਬਾਕੀ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਅੱਜ ਮਿੱਟੀ ਬਣਾ ਰਹੀ ਹੈ ਕਾਬਲੀ ਛੋਲੇ, ਸਬਜ਼ੀਆਂ ਖਾ ਖਾ ਜੀ ਅੱਕ ਗਿਆ ਹੈ, ਸਹੀ ਗੱਲ ਹੈ ਜੀ। ਆਪਣੀ ਤਸਵੀਰ ਲੱਗੀਆਂ ਵੀ ਵਧੀਆ ਨੇ, ਸਬਜ਼ੀਆਂ ਤਾਂ ਜੀ ਅੱਕ ਗਿਆ, ਰਾਤ ਬਣਾਈਆਂ ਭਰਿੰਦੀਆਂ ਸਬਜ਼ੀਆਂ ਉਤਰੀਆਂ ਤਿੰਨ, ਕਰੇਲੇ ਫਲੀਆਂ ਅਤੇ ਭਰਿੰਦੀਆਂ ਅਸੀਂ ਬਣਾ ਲਈਆਂ ਅਤੇ ਬਾਕੀ ਕਰੇਲੇ ਪਏ ਨੇ, ਉਹ ਪਏ ਨੇ ਕੀ ਕਹਿੰਦੇ ਫਲੀਆਂ ਪਈਆਂ ਨੇ, ਜੀ ਨਹੀਂ ਕਰਦਾ ਬਣਾਉਣ ਖਾਣ ਨੂੰ ਉਹਨਾਂ ਨੂੰ, ਜੀ ਅੱਕ ਗਿਆ। ਅਤੇ ਕੱਦੂ ਪਹਿਲਾਂ ਕੀ ਆ ਲੱਗੇ ਤੇ ਉਹ ਖਾ ਲਏ, ਹੁਣ ਫੇਰ ਹੋ ਤਿਆਰ ਨੇ ਨਾ ਹੋਣ ਨਹੀਂ ਹਾਲੇ, ਹੁਣ ਛੋਟੇ ਛੋਟੇ ਨੇ ਬਸ ਹੋ ਜਾਣਗੇ ਇਕੱਠੇ, ਫੇਰ ਹੋਣਗੇ ਪਾਸੇ, ਉਹ ਫਲੀਆਂ ਵੀ ਹੋ ਗਈਆਂ ਅਤੇ ਆ ਭਰਿੰਦੀਆਂ ਦੁਬਾਰਾ ਫੇਰ ਖੜੀਆਂ ਨੇ। ਆਹ ਛੋਟੇ ਛੋਟੇ ਕਰੇਲੇ ਕੁਛ ਫਰਿੱਜ 'ਚ ਪਏ ਨੇ ਤੋੜੇ, ਦੂਜੇ ਕਰੇਲੇ ਛੱਡੇ ਉਹ ਪਏ ਨੇ, ਮੈਂ ਕਿਹਾ ਚੱਲ ਥੋੜ੍ਹਾ ਠਹਿਰ ਕੇ ਖਾ ਜਾਂਗੇ। ਅਸੀਂ ਬਾਅਦ 'ਚ ਵੀਡੀਓ ਪਾਈ ਹੈ ਨੀ, ਨਵੂ ਦੀ ਭੈਣ ਦਾ ਜਨਮ ਦਿਨ ਸੀ ਉੱਧਰ ਨੇ ਪਾਈ ਸੀ, ਉਹਨਾਂ ਦੀ ਨਵੂ ਦੀ ਆ ਭੂਆ ਵੀ ਆਈਆਂ ਸੀ ਤਿੰਨੇ ਉੱਧਰ। ਇਹ ਕੀ ਹੋਇਆ, ਪਟਾਕੇ ਜੇ ਪਾ ਮਾਰੇ ਨੇ ਹਨ, ਗੱਡੀ ਹੈ ਇਹਨਾਂ ਦੀ, ਦੂਜੇ ਆਉਂਦੀ ਸਾਡੇ ਮੇਰੇ ਜੇਠ ਦੀ ਮੋਟਰ ਚੱਲ ਰਹੀ ਆ, ਜਾਮਣਾ ਸਾਰੀਆਂ ਝੜ ਗਈਆਂ ਹੁਣ ਬਹੁਤ ਵਧੀਆ ਨੇ, ਗੰਦ ਪਿਆ ਪਿਆ ਤੇ ਕੋਈ ਬਾੜ ਕਰੇਲੇ ਕਹਿੰਦਾ, ਕੋਈ ਟੱਕ ਕਰੇਲੇ ਕਹਿੰਦਾ, ਪਤਾ ਨਹੀਂ ਕੀ ਕਹਿੰਦੇ ਨੇ। ਮੋਟਰ ਚੱਲਦੀ ਉੱਥੋਂ ਰੈਬਰ ਭਰ ਕੇ ਲਿਆਂਦਾ ਪਾਣੀ ਦਾ, ਅੱਜ ਅਸੀਂ ਚੁੱਲ੍ਹੇ ਤੇ ਸਬਜ਼ੀ ਨੂੰ ਤੜਕਾ ਲਾ ਰਹੇ, ਮੇਰੇ ਖਿਆਲ ਹੋ ਗਿਆ ਮਹੀਨੇ ਡੇਢ ਦੋ ਮਹੀਨੇ ਹੋ ਗਏ ਸਾਨੂੰ ਗਰਮੀ ਕਰਕੇ ਜੀ ਨਹੀਂ ਕਰਦਾ। ਇਹਨੂੰ ਨਾ ਇੱਧਰ ਨੂੰ ਕਰ ਗੋਹੇ ਨੂੰ, ਅੱਗ ਥੋੜੀ ਖੁੱਲੇ ਗੋਹੇ ਨੂੰ। ਹਾਈਲਾਈਟਰ ਹੁੰਦਾ ਜੀ,
ਉਹ ਰੰਗ ਕਰਨ ਵਾਲਾ ਅੱਖਰਾਂ ਨੂੰ ਫੋਨ ਦੀ ਹਾਲਾਤ ਦਿਖਾਈ ਮਾੜੇ ਜੇ ਇਹ ਮੇਰਾ ਫੋਨ ਹੀ ਜਿਹੜੀ ਭੂਜੀ ਵੀਡੀਓ ਬਣਾਈ ਇਹ ਫੋਨ ਦੀ ਗੱਲ ਤਾਂ ਸੁਣ ਲੈਂਦੀ ਪਹਿਲਾਂ ਪੂਰੀ ਹਾਂ ਇਹ ਫੋਨ ਦਿਖਾਵਾਂ ਮੈਂ ਇਹ ਵਿਚਾਰਾ ਇੱਕ ਚੱਲ ਰਿਹਾ ਹੈ ਸਕਰੀਨ ਇਹ ਚਿੜੀਆਂ ਕੀ ਕਰਦੀਆਂ ਫਿਰਦੀਆਂ ਨੇ ਪਤਾ ਨਹੀਂ ਕੀ ਕਰਦੀਆਂ ਫਿਰਦੀਆਂ ਨੇ ਇੱਕ ਉਹ ਫਿਰਦੀ ਆ ਇੱਕ ਆਹ ਫਿਰਦੀਆਂ ਨੇ ਤਿੰਨ ਚਾਰ ਇਕੱਠੀਆਂ ਹੋਈਆਂ ਤੇ ਇੱਕ ਉਹ ਵਿੱਚ ਬੈਠੀ ਆ ਪਤਾ ਨਹੀਂ ਕੀ ਕਰ ਰਹੀਆਂ ਨੇ ਇਕੱਠੀਆਂ ਹੋ ਕੇ ਇਹ ਉਹ ਦੇੜਕਾ ਤੋਂ ਰਹੀ ਆ ਦੇਖਿਓ ਦੇੜਨ ਲੱਗੀ ਪਈ ਆ ਸਾਰਾ ਜੀ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਇਹ ਕਰ ਕੀ ਰਹੀਆਂ ਨੇ ਚਿੜੀਆਂ ਜੀਆਂ ਉਹ ਦੇਖੋ ਸਾਰਾ ਉਹ ਦੇੜਨ ਲੱਗੀਆਂ ਪਈਆਂ ਨੇ ਉਹ ਦੇਖੋ ਪਤਾ ਨਹੀਂ ਕੀ ਕਰਦੇ ਫਿਰਦੀਆਂ ਨੇ ਚਲੋ ਜੀ ਮੈਂ ਤਾਂ ਆਪਣੇ ਇੱਧਰ ਅੱਗ ਮਚਾਵਾਂ ਰਾਤ ਮੇਰੀ ਵਧੀਆ ਇੱਜਰੀ ਆ ਅੱਗ ਬਚਾ ਦੇਣਾ ਹੋਰ ਅੱਗੇ ਕਰ ਦੇਣਾ ਆਟਾ ਤਾਂ ਮੇਰੇ ਕੋਲ ਹੈਗਾ ਹੀ ਆ ਰੋਟੀਆਂ ਬਸ ਮੈਂ ਹੁਣ ਪਕਾ ਦੇਣੀਆਂ ਨੇ ਮੈਂ ਕਿਹਾ ਸੀਗਾ ਵੀ 6:30 ਤੱਕ ਮੈਂ ਦਾਲ ਮੇਰੀ ਰੋਟੀ ਰੈਡੀ ਹੋ ਜਾਏਗੀ ਦਾਲ ਤਾਂ ਮੇਰੀ ਰੈਡੀ ਹੋ ਗਈ ਹੈ ਬਸ ਇਹਨੂੰ ਸਾਰੀ ਦਾਲ ਰਹਿੰਦੀ ਹੈ ਥੋੜ੍ਹੀ ਜਿਹੀ ਕੁ ਹੋਰ ਦੇਵੇ ਆ ਗਈ ਬੀਬੀ ਕਰਦੀ ਹਾਂ ਮੈਂ ਤੁਮਾਂ ਨੂੰ ਪਾਇਆ ਸੇਮ ਸੇਮ ਸੂਟ ਚੜ੍ਹ ਗਈ ਤੁਲਸੀ ਵਾਲੇ ਬੂਟੇ ਚ ਕੋਈ ਉਹਦੇ ਤੇ ਚੜ੍ਹ ਰਹੀ ਉਹ ਖਾਸਾ ਕੁਛ ਕਰਦੀਆਂ ਫਿਰਦੀਆਂ ਫਿਰ ਮੈਂ ਵੀਡੀਓ ਬਣਾ ਲਈ ਉਹਨਾਂ ਦੀ ਭੱਜ ਗਈਆਂ ਹੁਣ ਸਾਰੀਆਂ ਹੀ ਆ ਗਈਆਂ ਹਾਂਜੀ ਸੱਚੀ ਆ ਉਰੇ ਪਤਾ ਨਹੀਂ ਹਾਏ ਵਿੱਚ ਫਸ ਬੈਠ ਗਈ ਮੈਨੂੰ ਗੁੱਸਾ ਆਇਆ ਮੈਂ ਇੱਥੇ ਭਜਾਈ ਆ ਚੱਲੀਏ ਜੀ ਲੈਟਸ ਗੋ ਆਪਾਂ ਉਧਰ ਕਾਕਾ ਦੇਖ ਕੇ ਆਉਣਾ ਛੋਟਾ ਜਿਹਾ ਖੜ ਜਾ ਉਰੇ ਖੜ ਗਿਆ ਇੱਕ ਦੂਜੇ ਦਾ ਮੂੰਹ ਦੇਖੋ ਤੂੰ ਖੜ ਜਾ ਕੱਲੀ ਉਸ ਤੋਂ ਜਾਣਾ ਵੀ ਇੱਧਰ ਧੁੱਪ ਵੀ ਸਿੱਧੀ ਹੋ ਪੈਂਦੀ ਆ ਨਾ ਆਪਣੇ ਤਾਂ ਮਾੜੇ ਮਾੜੇ ਹਰੇ ਨੇ ਜੈਸ ਲੈ ਉਹ ਕਰ ਲੈ ਤੂੰ ਝੁਕ ਗਿਆ ਮੂੰਹ ਕਰ ਲੈ ਅੱਛਾ ਥੋੜਾ ਮੋਟਾ ਉਹ ਥੱਲੇ ਦੱਬੂਗਾ
ਹੱਥ ਪੈਰ ਜੀ ਠੰਡੇ ਹੋ ਜਾਂਦੇ, ਕਿੰਨੇ ਸੋਹਣੇ ਨੇ ਛੋਟੇ ਛੋਟੇ ਜੀ। ਆ ਹਰਮਲਾਪ ਦੇ ਵੀ ਆ ਜੀ ਇੱਕ, ਓਏ ਹਰਮਲਾਪ ਹਰਮਲਾਪ ਆ ਪਾ ਲੈ ਕਰੀ ਠੀਕ ਆ ਇਹਨਾਂ ਦਾ ਕੱਪੜੇ ਦਾ ਹੁੰਦਾ ਮੇਨ ਤਾਂ ਕੱਪੜਾ ਵਧੀਆ ਆ ਜਾਂਦਾ ਜਾਣ ਦਾ ਵੀ ਤਾਂ ਇੱਥੇ ਗਰਮੀ ਚ ਇੱਥੇ ਜਾ ਸਹੀ ਗੱਲ ਆ ਮੈਂ ਚੱਲ ਘਰ ਆ ਜਾਣੀਆਂ ਨੇ ਜਵਾਕਾਂ ਦਾ ਬਹੁਤ ਸੋਹਣਾ ਕਿੰਨੇ ਸੋਹਣੇ ਹਾਂਜੀ ਆ ਬੱਚਿਆਂ ਅੱਛਾ ਬੱਚੇ ਨੂੰ ਸਮਾਨ ਲੈਂਦਾ ਕਿੰਨਾ ਮਜ਼ਾ ਆਉਂਦਾ ਹੈ ਕਿੰਨਾ ਸੋਹਣਾ ਪਹਿਲੀ ਕਲਾਸ ਅੱਛਾ ਪਨੀਰੀ ਖਾਣਾ ਨਾਲ ਨਾਲ ਚਾਹ ਪੀਣਾ ਹੈ ਤੇਰੀ ਛੋਟੇ ਦੂਰ ਤੱਕ ਲੈ ਜਾ ਕਰ ਕਿਉਂ ਜੀ ਕਿਉਂ ਕਿਉਂ ਨੀ ਜੀ ਕਰ ਲੋ ਨਹੀਂ ਉਸ ਨਹੀਂ ਤੂੰ ਘਰੇ ਜਾ ਕੇ ਕੁਛ ਨੀ ਕਰਨਾ ਨਹੀਂ 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 ਤੇਰੀ ਮੰਮਾ ਨੇ ਮੈਨੂੰ ਸਾਰੀ ਰਿਸਪੋਨਸੀਬਿਲਟੀ ਦਿੱਤੀ ਹੋਈ ਹੈ ਹਾਂ ਦਿਖਾ ਜੀ ਮੈਨੂੰ ਫਿਰ ਠੀਕ ਆ ਜਾ ਭੱਜ ਜਾ ਉਹ ਗਿਆ ਰੋਟੀ ਪਾਣੀ ਖਾ ਲਿਆ ਤੇ ਹੁਣ ਆਪਾਂ ਸਾਰੇ ਜਣੇ ਬਹਿ ਕੇ ਦੇਖ ਰਹੇ ਹਾਂ ਮੂਵੀ ਨਿੱਕਾ ਜਾਇਦਾਰ ਅਸੀਂ ਕੱਲ੍ਹ 2 ਵੀ ਦੇਖ ਲਈ 3 ਵੀ ਦੇਖ ਲਈ ਅੱਜ ਫਿਰ ਸੋਚਿਆ 1 ਦੇਖਦੇ ਹਾਂ ਹਾਸੀ ਮਜ਼ਾਕ ਵਾਲੀ ਅੱਛਾ ਇੱਧਰ ਬੀਬੀ ਬੈਠੀ ਆ ਬੀਬੀ ਇੱਧਰੋਂ ਦੇਖਦੇ ਬੀਬੀ ਨੂੰ ਆਰਾਮ ਨਾਲ ਦਿਖ ਰਿਹਾ ਸਾਰਾ ਕੁਛ
ਮੌਜਾਂ ਨੇ ਹਨਾ ਬੀਬੀ, ਨਾਲੇ ਸੌਂਗੀ ਨਾਲੇ ਦੇਖ ਲਈ। ਮੈਂ ਆਪਣੀ ਇਧਰ ਸੂਟ ਤਿਆਰ ਕਰਨ ਲੱਗੀ ਪਈ ਆ, ਦੇਖੋ ਸੂਟ ਨਹੀਂ ਨਹੀਂ ਵੀਡੀਓ ਬਣਾਉਣੀ ਬੀਬੀ। ਆ ਦੇਖੋ ਜੀ ਸੂਟ, ਮੈਂ ਨਾ ਸੂਟ ਇਹ ਉੱਧਰ ਮਾਮੀ ਤੋਂ ਲੈ ਕੇ ਆਏ ਸੀਗੇ, ਮੈਨੂੰ ਬਹੁਤ ਸੋਹਣਾ ਲੱਗਿਆ ਇਹਦਾ ਪ੍ਰਿੰਟ, ਮੇਰਾ ਜੀ ਕਰਦਾ ਐਵੇਂ ਦਾ ਸੂਟ ਸਵਾਉਣ ਨੂੰ। ਬਟ ਮੈਂ ਨਾ ਉਹ ਸੋਚ ਰਹੀ ਹਾਂ ਵੀ ਇਹਦੇ 'ਤੇ ਇਹ ਤਾਂ ਮੈਂ ਸਿੰਪਲ ਹੀ ਕਰ ਰਹੀ ਹਾਂ, ਆਵਲੀ ਪਾਈਪ ਲੈਸ ਲਿਆਉਂਦੀ ਸੀ ਮੈਨੇ ਐਵੇਂ ਲਾ ਰਹੀ ਹਾਂ ਬਸ ਅੰਡਰਗਰਾਊਂਡ ਕਰਕੇ, ਪੱਕੀ ਮੇਰਾ ਜੀ ਕਰਦਾ ਜੇ ਸੂਟ ਸਵਾਉਣ ਨੂੰ ਵੀ ਐਵੇਂ ਲੈਸਾਂ ਜਿਹੀਆਂ ਲਾ ਕੇ, ਉਰੋਂ ਲੈਸਾਂ ਇਹਦੇ ਮੂਹਰਲੇ ਪੱਲੇ 'ਤੇ ਐਵੇਂ ਐਵੇਂ ਕਰਕੇ ਐਵੇਂ, ਬਾਕੀ ਗਲਾ ਡਿਜ਼ਾਈਨ ਵਾਲਾ ਕਰ ਦੇਖੂੰਗੀ ਮੈਂ, ਮੰਗਵਾਊਂਗੀ ਸੂਟ ਇਹੋ ਜਿਹਾ, ਮੈਨੂੰ ਬਹੁਤ ਪਸੰਦ ਆਇਆ ਇਹ। ਬਾਕੀ ਹਜੇ ਮੇਰੇ ਦੋ ਇੱਕ ਉਹ ਸੂਟ ਪਏ ਆ ਜੀ, ਉਹਦੀ ਤਰਪਾਈ ਕਰਨੀ ਰਹਿੰਦੀ ਆ, ਸੋ ਪਹਿਲਾਂ ਮੈਂ ਪਹਿਲਾਂ ਦਰੇ ਨੂੰ ਸਟਿਚਿੰਗ ਦੇ ਕੰਮ ਨਿਬੇੜਦੀ ਹਾਂ। ਹਾਂਜੀ ਕਰੂੰਗੀ ਤਾਂ ਮੈਂ ਹੀ, ਮੈਨੂੰ ਉਹ ਵੀ ਪਹਿਲਾਂ ਮੈਂ ਇਹਦਾ ਸਟਿਚਿੰਗ ਵਾਲਾ ਕੰਮ ਜਿਹਾ ਨਿਬੇੜ ਲਾਂ, ਉਸ ਤੋਂ ਬਾਅਦ 'ਚ ਫਿਰ ਮੈਂ ਆਰਾਮ ਨਾਲ ਤਰਪਾਈ 'ਤੇ ਬੈਠ ਜੂੰਗੀ। ਸੋ ਬਾਕੀ ਆਪਾਂ ਕਰਦੇ ਜੀ ਆਪਣੀ ਵੀਡੀਓ ਨੂੰ ਇੱਥੇ ਹੀ ਐਂਡ, ਹੋਪ ਸੋ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ, ਅਤੇ ਬਾਕੀ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਿਓ, ਅਤੇ ਅੱਗੇ ਚੈਨਲ ਜ਼ਰੂਰ ਸ਼ੇਅਰ ਕਰ ਦਿਓ ਜੀ। ਹੁਣ ਆਪਾਂ ਮਿਲਦੇ ਹਾਂ ਨੈਕਸਟ ਵਲੌਗ 'ਚ।